ਵਧੀਆ ਗੱਲ ਹੈ ਜੀ। ਹੁਣ ਤਾਂ ਪੰਥਕ ਧਿਰਾਂ ਕੱਲੀਆਂ ਰਹਿ ਗਈਆਂ, ਮੈਂ ਤਾਂ ਅਲੱਗ ਹੋ ਗਿਆ, ਮੈਨੂੰ ਤਾਂ ਉਹਨਾਂ ਨੇ ਕਹਿ ਤਾ ਨਾ ਇਹਨੂੰ ਸੁਣੋ ਨਾ ਇਹਨੂੰ ਸ਼ੇਅਰ ਕਰੋ, ਮੈਨੂੰ ਤਾਂ ਉਹ ਪੰਥ ਵਿੱਚ ਗਿਣਦੇ ਹੀ ਨਹੀਂ, ਮੈਨੂੰ ਤਾਂ ਪੰਥ ਦਾ ਹਿੱਸਾ ਹੀ ਨਹੀਂ ਗਿਣਦੇ। ਅਕਾਲ ਤਖਤ ਸਾਹਿਬ ਨੇ ਕਿਹਾ ਹੈ ਵੀ ਇਹ ਤਾਂ ਇਹਨੂੰ ਸੁਣਿਆ ਨਾ ਜਾਵੇ, ਇਹਨੂੰ ਸ਼ੇਅਰ ਨਾ ਕੀਤਾ ਜਾਵੇ। ਮੈਂ ਆਪਣੇ ਤਰੀਕੇ ਨਾਲ ਆਪਣੀ ਗੱਲ ਕਰਦਾ, ਜਿਹੜਾ ਪੰਥ ਬਚਿਆ ਆ, ਜਿਹੜਾ ਅਸਲ ਪੰਥ ਹੈ ਅੱਜ, ਉਹ ਪੰਥ ਨੂੰ ਚਾਹੀਦਾ ਕਿ ਇਹਦਾ ਹੱਲ ਕਰ ਲੈ। ਮੈਨੂੰ ਤਾਂ ਉਹ ਗਿਣਦੇ ਹੀ ਨਹੀਂ ਨਾ ਵਿੱਚ। ਮੈਨੂੰ ਤੁਹਾਡੀ ਗੱਲ ਪ੍ਰੋਪਰ ਨਹੀਂ ਸਮਝ ਨਹੀਂ ਲੱਗੀ। ਹਾਂਜੀ, ਜਥੇਦਾਰ ਦੇਖੋ, ਜੇ ਬਾਬੇ ਜਰਨੈਲ ਸਿੰਘ ਹੁਣਾਂ ਨੇ ਕੋਈ ਗੱਲ ਕੀਤੀ ਸੀ ਤਾਂ ਉਹਨਾਂ ਦੇ ਬਿਆਨ ਦੀ ਕੋਈ ਵੈਲਿਊ ਹੋਊਗੀ, ਪਰ ਜਿਹੜੇ ਜਥੇਦਾਰ ਨੇ ਇਹਨਾਂ ਦੇ ਬਿਆਨ ਦੀ ਵੈਲਿਊ ਕੀ ਹੈ? ਅੱਜ ਬਿਆਨ ਦਿੰਦੇ ਨੇ, ਕੱਲ੍ਹ ਨੂੰ ਕਹਿਣਗੇ ਮੈਂ ਵਾਪਸ ਲੈ ਲਿਆ, ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕਰਤਾ। ਇਹਨਾਂ ਦੇ ਬਿਆਨ ਦੀ ਕੋਈ ਵੈਲਿਊ ਨਹੀਂ ਹੈਗੀ, ਔਰ ਇੱਦਾਂ ਕੀਤਾ ਸੀ ਉਹਨਾਂ ਨੇ, ਉਹ ਜਿਹੜਾ ਬਿਆਨ ਦਿੱਤਾ ਸੀ ਉਹ ਬਿਆਨ ਇਹਨਾਂ ਨੇ ਵਾਪਸ ਲੈ ਲਿਆ ਸੀ। ਨਹੀਂ, ਇੱਦਾਂ ਦੀ ਗੱਲ ਚਾਹੇ ਕੋਈ ਵੀ ਹੈ, ਆਰ ਐੱਸ ਐੱਸ ਦੀਆਂ ਜਿਹੜੀਆਂ ਇੱਦਾਂ ਦੀਆਂ ਨੀਤੀਆਂ, ਇੱਕ ਰਾਸ਼ਟਰਵਾਦ ਬਣਾਉਣਾ ਜਾਂ ਇੱਕੋ ਹੀ ਹਿੰਦੂ ਰਾਸ਼ਟਰ, ਇਹ ਠੀਕ ਨਹੀਂ ਗੱਲਾਂ। ਇੱਥੇ ਬਹੁ ਗਿਣਤੀ ਲੋਕ ਰਹਿੰਦੇ ਹੈ, ਬਹੁ ਧਰਮੀ ਲੋਕ ਰਹਿੰਦੇ ਹੈ, ਵੱਖਰੇ ਵੱਖਰੇ ਢੰਗਾਂ ਨਾਲ ਉਹਨਾਂ ਨੂੰ ਜਿਉਣ ਦਾ ਹੱਕ ਹੋਣਾ ਚਾਹੀਦਾ। ਕੋਈ ਵੀ ਬੰਦਾ ਜਿਹੜਾ ਇੱਦਾਂ ਦੀ ਕੱਟੜ ਸੋਚ ਰੱਖ ਕੇ ਬੈਠਾ ਹੈ, ਚਾਹੇ ਉਹ ਕੋਈ ਮੋਹਨ ਭਾਗਵਤ ਹੈ ਅਤੇ ਚਾਹੇ ਉਹ ਕੋਈ ਸਾਡਾ ਸਿੱਖ ਹੈ, ਜਿਹੜਾ ਇੱਕ ਨੂੰ ਚਾਹੁੰਦਾ ਬਾਕੀ ਸਾਰੇ ਖਤਮ ਹੋ ਜਾਣ, ਇਹ ਸੋਚ ਠੀਕ ਨਹੀਂ। ਹਾਂਜੀ।